ਇਹਦੇ ਵਿੱਚ ਇੱਕ ਕੁੜੀ ਦੇ ਬਾਰੇ ਵਿੱਚ ਲਿਖਿਆ ਗਿਆ ਵਾ। ਉਹ ਕੁੜੀ ਦਾ ਨਾਮ ਆ ਸੁਲੇਮਤੀ ਕੁੜੀ ਆ, ਔਰ ਇੱਕ ਦੂਸਰੀਆਂ ਯਰੂਸ਼ਲਮ ਦੀ ਪੁੱਤਰੀਆਂ ਕਿਹਾ ਗਿਆ, ਮਤਲਬ ਯਰੂਸ਼ਲਮ ਦੀ ਧੀਆਂ, ਔਰ ਯਰੂਸ਼ਲਮ ਦੀ ਔਰ ਸੀਓਨ ਦੀ ਪੁੱਤਰੀਆਂ, ਮਤਲਬ ਯਰੂਸ਼ਲਮ ਦੀ ਧੀਆਂ ਉਹਦੇ ਵਿੱਚ ਵਚਨ ਦੇ ਵਿੱਚ ਲਿਖਿਆ ਗਿਆ ਵਾ। ਸੁਲੇਮਾਨ ਰਾਜਾ ਨੇ, ਸੁਲੇਮਾਨ ਜਦੋਂ ਰਾਜਾ ਸੀ ਉਦੋਂ ਉਹਦੇ ਕੋਲ ਇੱਕ ਕੁੜੀ ਨੂੰ ਲੈ ਕੇ ਆ ਗਏ। ਉਹ ਕੁੜੀ ਦਾ ਨਾਂ ਹੀ ਸੁਲੇਮਤੀ ਕੁੜੀ, ਸੁਲੇਮਤੀ ਹੀ ਉਹਦਾ ਨਾਂ। ਉਹ ਬਹੁਤ ਹੀ ਸੁੰਦਰ ਸੀ, ਉਹਦੇ ਵਾਲ ਬਹੁਤ ਹੀ ਵਧੀਆ ਸੀਗੇ, ਉਹਦੀਆਂ ਅੱਖਾਂ ਬਹੁਤ ਹੀ ਵਧੀਆ ਸੀ, ਉਹਦੇ ਗੱਲ, ਉਹਦੇ ਹੋਠ ਸਾਰੇ ਬਹੁਤ ਹੀ ਸੁੰਦਰ ਸੀਗੇ। ਜਦੋਂ ਉਹਨੇ ਸੁਲੇਮਾਨ ਰਾਜਾ ਨੇ ਜਦੋਂ ਕੁੜੀ ਵੱਲ ਵੇਖਿਆ ਤੇ ਇੱਕਦਮ ਉਹਦੇ ਪਿਆਰ ਵਿੱਚ ਉਹ ਪੈ ਗਿਆ। ਉਹ ਚਾਹੁੰਦਾ ਸੀਗਾ, ਸੁਲੇਮਾਨ ਰਾਜਾ ਚਾਹੁੰਦਾ ਸੀਗਾ ਕਿ ਸ਼ਾਇਦ ਮੈਂ ਕੁੜੀ ਨਾਲ ਪਿਆਰ ਕਰਨ ਡੈ ਪਾਂ। ਤਾਂ ਉਹਨੇ ਜਾ ਕੇ ਉਹ ਕੁੜੀ ਨੂੰ ਦੱਸਿਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਨਾ ਵਾਂ। ਸੁਲੇਮਾਨ ਰਾਜਾ ਨੇ ਜਦੋਂ ਉਹ ਕੁੜੀ ਨੇ ਸੁਣਿਆ ਕਿ ਸੁਲੇਮਾਨ ਰਾਜਾ ਮੈਨੂੰ ਪਿਆਰ ਕਰਨ ਡੈ ਪਿਆ ਵਾਗਾ, ਉਦੋਂ ਸੁਲੇਮਤੀ ਸਤਰੀ ਨੇ ਉਹਨੂੰ, ਸੁਲੇਮਤੀ ਕੁੜੀ ਨੇ ਉਹਨੂੰ ਆਖਿਆ ਕਿ ਨਹੀਂ ਰਾਜਾ, ਮੈਂ ਤੇਰੇ ਨਾਲ ਪਿਆਰ ਨਹੀਂ ਕਰ ਸਕਦੀ, ਮੇਰਾ ਪ੍ਰੇਮੀ ਕੋਈ ਔਰ ਹੈਗਾ ਵਾਗਾ, ਮੈਂ ਉਹਨਾਂ ਪਿਆਰ ਕਰਨੀ ਹੈ। ਫਿਰ ਸੁਲੇਮਾਨ ਰਾਜਾ ਨੇ ਉਹਨੂੰ ਕਈ ਚੀਜ਼ਾਂ ਦਾ ਲਾਲਚ ਦਿੱਤਾ, ਕਈ ਚੀਜ਼ਾਂ ਉਹਨੇ ਵਿਖਾਲੀਆਂ ਸੁਲੇਮਾਨ ਰਾਜਾ ਨੇ ਉਸ ਕੁੜੀ ਨੂੰ ਕਿ ਤੂੰ ਮੇਰੇ ਨਾਲ ਪਿਆਰ ਕਰਦਾ, ਵੇਖ ਜੇ ਮੇਰੇ ਨਾਲ ਪਿਆਰ ਕਰੇਂਗੀ, ਜੇ ਮੇਰੇ ਨਾਲ ਵਿਆਹ ਕਰ ਲੇਂਗੀ ਤਾਂ ਤੈਨੂੰ ਜੋ ਕੁਛ ਵੀ ਇਹ ਧਨ ਦੌਲਤ ਕੋਈ ਵੀ ਚੀਜ਼ ਦੀ ਕਟੀ ਤੈਨੂੰ ਕਦੀ ਨਹੀਂ ਹੋਗੀ, ਕਿਉਂਕਿ ਮੈਂ ਰਾਜਾ ਵਾਂ, ਮੇਰੇ ਨਾਲ ਜੇ ਵਿਆਹ ਕਰ ਲੇਂਗੀ ਤਾਂ ਤੂੰ ਵੀ ਮਹਾਰਾਣੀ ਵਰਗੇ ਰਹਿ ਸਕਦੀ ਆ ਮੇਰੇ ਨਾਲ ਕਰਕੇ। ਜਦੋਂ ਸੁਲੇਮਾਨ ਰਾਜਾ ਉਹ ਕੁੜੀ ਨੂੰ ਇਤਰਾ ਕਹਿੰਦਾ ਵਾ, ਉਹ ਸੁਲੇਮਤੀ ਕੁੜੀ ਫਿਰ ਉਹਨੂੰ ਕਹਿੰਦੀ ਆ ਕਿ ਨਹੀਂ ਰਾਜਾ, ਤੂੰ ਮੈਨੂੰ ਜੋ ਕੁਛ ਮਰਜ਼ੀ ਦਿਖਾ ਲਾ, ਪਰ ਫਿਰ ਵੀ ਮੈਂ ਤੇਰੇ ਨਾਲ ਪਿਆਰ ਨਹੀਂ ਕਰ ਸਕਦੀ, ਕਿਉਂਕਿ ਮੈਂ ਕਿਸੇ ਹੋਰ ਨੂੰ ਆਪਣਾ ਦਿਲ ਦੇ ਕੇ ਬੈਠੀ ਹਾਂ। ਫਿਰ ਸੁਲੇਮਾਨ ਰਾਜਾ ਫਿਰ ਤੋਂ ਉਹਦੇ ਕੋਲ ਆਉਂਦਾ ਵਾਗਾ, ਫਿਰ ਤੋਂ ਉਹਨੂੰ ਆਪਣੇ ਜਿੱਥੇ ਉਹ ਬਹਿ ਕੇ ਖਾਣਾ ਖਾਂਦਾ ਹੈ, ਜਿੱਥੇ ਉਹ ਖਾ ਕੇ ਰੋਟੀ ਖਾਂਦਾ ਸੀਗਾ, ਉੱਥੇ ਦਾ ਉਹਨੇ ਟੇਬਲ ਅਤੇ ਮੇਜ਼ ਵਿਖਾ ਲਿਆ, ਵੇਖ ਇੱਥੇ ਖਾਣ ਵਾਸਤੀਆਂ ਹਰ ਇੱਕ ਚੀਜ਼ਾਂ ਵਾਗੀਆਂ ਜਿਹੜੀਆਂ ਕਿ ਦੁਨੀਆ ਵਿੱਚ ਕਿਸੇ ਨੂੰ ਵੀ ਨਹੀਂ ਮਿਲਦੀਆਂ। ਜੇ ਤੂੰ ਮੇਰੇ ਨਾਲ ਪਿਆਰ ਕਰਨ ਡੈ ਪਏ ਤਾਂ ਆਹ ਸਾਰੀਆਂ ਚੀਜ਼ਾਂ ਵੀ ਤੈਨੂੰ ਮਿਲਣਗੀਆਂ, ਤੂੰ ਇਹਨੂੰ ਰੋਜ਼ ਖਾ ਸਕਦੀ ਹੈਗੀ, ਰੋਜ਼ ਇੱਦਾਂ ਆਨੰਦ ਲੈ ਸਕਦੀ ਹਾਂ, ਬਸ ਸ਼ਰਤ ਇਹ ਆ ਕਿ ਤੂੰ ਮੈਨੂੰ ਪਿਆਰ ਕਰਨ ਡੈ ਪਾ ਜਾਂ ਤੋ ਮੇਰੇ ਨਾਲ ਵਿਆਹ ਕਰਾ ਲਾ। ਫਿਰ ਤੋਂ ਉਹ ਕੁੜੀ ਆਉਂਦੀ ਹੈ, ਨਹੀਂ ਰਾਜਾ, ਤੂੰ ਮੈਨੂੰ ਕੁਛ ਵੀ ਕਿਉਂ ਨਾ ਦਿਖਾ ਦੇ, ਲੇਕਿਨ ਫਿਰ ਵੀ ਮੈਂ ਤੈਨੂੰ ਪਿਆਰ ਨਹੀਂ ਕਰ ਸਕਦੀ, ਕਿਉਂਕਿ ਮੈਂ ਕਿਸੇ ਹੋਰ ਨੂੰ ਆਪਣਾ ਦਿਲ ਦੇ ਚੁੱਕੀ ਹਾਂ। ਫਿਰ ਉਹ ਆਪਣੇ ਦਰਬਾਰ ਦੀਆਂ ਕੁੜੀਆਂ ਜਿਹੜੀਆਂ ਧੀਆਂ ਸੀ ਉੱਥੇ ਯਰੂਸ਼ਲਮ ਦੀਆਂ, ਉਹਨਾਂ ਨੂੰ ਕਹਿੰਦਾ ਵਾ, ਸੁਲੇਮਾਨ ਰਾਜਾ ਦੇਖੋ ਮੈਂ ਆਪਣੀ ਧਨ ਦੌਲਤ, ਖਾਣ ਪੀਣ ਦੀਆਂ ਸਾਰੀਆਂ ਈਸ਼ਵਰ ਆਰਾਮ ਦੀਆਂ ਚੀਜ਼ਾਂ ਸਾਰੀਆਂ ਮੈਂ ਉਹ ਕੁੜੀ ਨੂੰ ਵਿਖਾ ਲਿਆ ਵਾਗਾ, ਪਰ ਉਹ ਕੁੜੀ ਮੰਨਣ ਨਹੀਂ ਡਈ। ਉਹ ਕੁੜੀ ਆਉਂਦੀ ਆ, ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ। ਉਹ ਕੁੜੀ ਆਉਂਦੀ ਆ, ਮੈਂ ਤੇਰੇ ਨਾਲ ਪਿਆਰ ਨਹੀਂ ਕਰਨਾ। ਉਹਨੂੰ ਇੱਕ ਵਾਰੀ ਜਾ ਕੇ ਸਮਝਾਓ ਕਿ ਰਾਜਾ ਦੇ ਨਾਲ ਜੇ ਕਿਤੇ ਵਿਆਹ ਕਰ ਲੇਂਗੀ ਤਾਂ ਉਹਦੀ ਜ਼ਿੰਦਗੀ ਜਿਹੜੀ ਆ ਸੁਧਰ ਜੂਗੀ ਕਰਕੇ। ਫਿਰ ਉਹ ਯਰੂਸ਼ਲਮ ਦੀਆਂ ਪੁੱਤਰੀਆਂ ਜਿਹੜੀਆਂ ਧੀਆਂ ਉਹ ਆ ਕੇ ਫਿਰ ਤੋਂ ਕੁੜੀ ਨੂੰ ਕਹਿੰਦੀਆਂ ਵਾਗੀਆਂ ਕਿ ਕਿਉਂ ਜਦੋਂ ਰਾਜਾ ਤੈਨੂੰ ਕਿੰਨਾ ਪਿਆਰ ਕਰਨ ਡਿਆ ਵਾ, ਤਿੰਨੇ ਦੇ ਲੋਕ ਸੁਪਨੇ ਵੇਖਦੇ ਹੈਗੇ ਕਿ ਕਈਆਂ ਕੁੜੀਆਂ ਦੇ ਪਿੱਛੇ ਕਈ ਕੁੜੀਆਂ ਸੁਪਨੇ ਵੇਂਦੀਆਂ ਕਿ ਰਾਜਾ ਮੈਨੂੰ ਚੁਣ ਲੇ, ਪਰ ਰਾਜਾ ਨੇ ਤੈਨੂੰ ਚੁਣਿਆ। ਤੂੰ ਤਾਂ ਕਿੰਨੀ ਕਿਸਮਤ ਵਾਲੀ ਆ, ਇੱਕ ਵਾਰੀ ਆ ਕੇ ਉਹਦੇ ਨਾਲ ਪਿਆਰ ਕਰਕੇ ਵੇਖ ਲਾ, ਇੱਕ ਵਾਰੀ ਉਹਦੇ ਨਾਲ ਵਿਆਹ ਕਰ ਲਾ, ਵੇਖੀ ਤੇਰੀ ਜ਼ਿੰਦਗੀ ਕਿੰਨੀ ਸੁਧਰ ਜੂਗੀ, ਜਿਹੜੇ ਦੁਨੀਆ ਦੇ ਐਸ਼ੋ ਆਰਾਮ ਜਿੰਨੇ ਵੀ ਆ ਸਾਰੇ ਤੈਨੂੰ ਮਿਲ ਜਾਣਗੇ, ਇੱਕ ਵਾਰੀ ਤੂੰ ਉਹਨੂੰ ਪਿਆਰ ਕਰਕੇ ਤੇ ਵੇਖ। ਸੁਲੇਮਾਨ ਰਾਜਾ ਤੈਨੂੰ ਬਹੁਤ ਪਿਆਰ ਕਰਦਾ ਵਾ। ਉਦੋਂ ਫਿਰ ਯਰੂਸ਼ਲਮ ਦੀ ਧੀਆਂ ਨੂੰ ਉਹ ਕੁੜੀ ਆਉਂਦੀ ਆ ਕਿ ਨਹੀਂ, ਮੈਂ ਰਾਜਾ ਨੂੰ ਪਿਆਰ ਨਹੀਂ ਕਰ ਸਕਦੀ, ਮੈਂ ਤੇ ਕਿਹ ਹੋਰ ਨਾ ਪਿਆਰ ਕਰਨੀ ਆ। ਉਹ ਪੁੱਛਦੀਆਂ ਉਹ ਕੁੜੀਆਂ, ਉਹ ਪੁੱਛਦੀਆਂ ਧੀਆਂ, ਯਰੂਸ਼ਲਮ ਦੀਆਂ ਧੀਆਂ ਉਹਨਾਂ ਨੂੰ ਪੁੱਛ, ਉਹ ਕੁੜੀ ਨੂੰ ਪੁੱਛਦੀਆਂ ਕਿ ਕਿਹਨੂੰ ਤੁਸੀਂ ਪਿਆਰ ਕਰਦੇ, ਕਿ ਕਿਹੜੇ ਮੁੰਡੇ ਨੂੰ ਪਿਆਰ ਕਰਦੀ। ਉਹ ਆਉਂਦੀ ਆ ਕਿ ਉਹ ਤੇ ਇੱਕ ਚਰਵਾਹਾ ਵਾ, ਜਿਹੜਾ ਕਿ ਭੇਡਾਂ ਦਾ ਚਰਵਾਹਾ ਵਾ, ਮੈਂ ਤੇ
उन्ना प्यार करनी हैगी। मैं वो प्यार विच रंग चुकी हाँ, जिहड़ा झंडा वा मेरे हाथ विच वह भी वो प्यार दा ही आ। मैं ते पीती पी के लोकी ब नशे विच हो जांदे आ, मैं ते उहदे प्यार विच नशे विच पई हैगी। मैं हुण इहदे विचों बाहर नहीं निकल सकती, मैनू उहदे प्यार दा नशा चढ़िया होगा। वह तियां उहनू पुछदियां, यरूशलेम दी तियां उहनू पुछदी कुड़ी नू कि उह किहो जिहा लगदा वा। उदों उह दसदी आ कि उह तो गोरा और लाल रंग दा वा, उह ते 10,000 तों भी उत्तम हैगा। उह इक भेड़ां दा चरवाहा वा जिन्ना मैं प्यार करनी है। हे भाई,